ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮੁ ਅਲੈਕੁਮ। ਤੁਸੀਂ ਦੇਖ ਰਹੇ ਹੋ ਅਫਜ਼ਲ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਅਫਜ਼ਲ ਅਹਿਮਦ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ, ਨਾਲ ਲੱਗੀ ਘੰਟੀ ਨੂੰ ਦਬਾਓ ਤਾਂ ਕਿ ਲੇਟੈਸਟ ਅਤੇ ਬਿਹਤਰੀਨ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚੇ ਵੀਰਾਂ ਕੋਲ ਸਭ ਤੋਂ ਪਹਿਲੇ। ਅੱਜ ਦੋਸਤਾਂ ਵਾਸਤੇ ਚੋਲਸਤਾਨੀ ਗਾਏ ਦਾ ਤੋਹਫ਼ਾ ਲੈ ਕੇ ਅਗਰ ਹੋਏ। ਮਾਸ਼ਾਅੱਲਾ ਔਨਲਾਈਨ ਚੁਆਈ ਕਰਾਉਂਦੇ ਪਏ ਹਾਂ ਜਾਨਵਰ ਦੀ, ਜਾਨਵਰ ਜੋ ਨਾਲ ਤੁਹਾਨੂੰ ਲਾਈਵ ਚੁਆਈ ਕਰਾਵਾਂਗੇ। ਬਾਕੀ ਜੋ ਹਿਸਾਬ ਕਿਤਾਬ ਹੈ ਨਸਲਦਾ ਅਤੇ ਕੈਮਰੇ ਦੀ ਨਜ਼ਰ ਹੈ ਮੇਰੇ ਦੋਸਤੋ, ਮੇਰਾ ਕੈਮਰਾਮੈਨ ਤੁਹਾਨੂੰ ਚਾਰੇ ਐਂਗਲ ਜਾਨਵਰ ਦੇ ਦਿਖਾਏਗਾ ਅਤੇ ਵੀਰਾਂ ਨੂੰ ਕਰਾਵਾਂਗੇ ਤਸੱਲੀਆਂ। ਹੁਣ ਚੱਲਦੇ ਜਨਾਬ ਜਾਨਵਰ ਦੀ ਚੁਆਈ ਚੈੱਕ ਕਰ ਲੈ। ਮਾਸ਼ਾਅੱਲਾ ਬੜਾ ਪਿਆਰਾ ਸੋਹਣਾ ਜਨਾਬ ਥਣ ਲੱਗਿਆ ਵੈੜੀ ਨੂੰ, ਔਰ ਚੁਆਈ ਦੀ ਤੁਸੀਂ ਸਾਹਮਣੇ ਤੁਹਾਡੇ ਅੱਖਾਂ ਦੇ ਸਾਹਮਣੇ ਜਨਾਬ ਚੈੱਕ ਕਰਦੇ ਪਏ ਨੇ। ਮਾਸ਼ਾਅੱਲਾ ਪੂਲੇ ਪਾਉਂਦੀ ਪੀਏ ਬੜੀ ਸੋਹਣੀ ਅਤੇ ਬੜੀ ਮੋਟੀ ਜਨਾਬ ਅਤੇ ਪਾਵਰ ਵਾਲੀ ਤਾਰ ਹੈ। ਮਾਸ਼ਾਅੱਲਾ ਮਾਸ਼ਾਅੱਲਾ ਚੋਲਸਤਾਨੀ ਗਾਵਾਂ ਜਨਾਬ ਬ੍ਰੈਂਡ ਗਾਵਾਂ ਹੁੰਦੀਆਂ ਨੇ, ਨਸਲਾਂ ਅਤੇ ਜ਼ਾਤਾਂ ਵਾਲੀਆਂ। ਗਰਮੀ ਸਰਦੀ ਦੀ ਕੋਈ ਪਰੇਸ਼ਾਨੀ ਨਹੀਂ। ਬਰੀਡ ਮਾਸ਼ਾਅੱਲਾ ਕਮਾਲ ਦਾ ਹੈ। ਮਾਸ਼ਾਅੱਲਾ ਅਸੀਨੋ ਜਮੀਲ ਔਰ ਖੂਬਸੂਰਤ ਜਾਨਵਰ ਅਫਜ਼ਲ ਟੀਵੀ ਦੀ ਜ਼ੀਨਤ ਹੈ। ਦੋਸਤਾਂ ਲਈ ਸਫ਼ਰ ਕਰੀਦਾ, ਵੈਲ ਕਰੀਦਾ ਅਤੇ ਦੋਸਤਾਂ ਦੇ ਸ਼ੌਕ ਪੂਰੇ ਕਰਾਵੀਦੇ ਨੇ। ਆਏ ਮਾਸ਼ਾਅੱਲਾ ਬਹੁਤ ਹੀ ਨਵਾਬ ਔਰ ਖੂਬਸੂਰਤ ਜਾਨਵਰ ਜਿਹਨਾਂ ਤਿੰਨਾਂ ਚੌਂ ਮਿੰਟਾਂ ਦੇ ਵਿੱਚ ਵਿੱਚ ਜਨਾਬ ਜਾਨਵਰ ਦੀ ਚੁਆਈ ਤੁਹਾਡੇ ਸਾਹਮਣੇ। ਇੰਨਾ ਪੋਲਾ ਜਾਨਵਰ ਹੈ ਜੀ, ਮਾਸ਼ਾਅੱਲਾ ਬੱਚੇ ਬੁੱਢੇ ਜਵਾਨ ਸਾਰੇ ਜਨਾਬ ਚੁਆਈ ਕਰ ਸਕਦੇ ਨੇ। ਇੰਨਾ ਪੋਲਾ ਜਾਨਵਰ ਹੈ ਔਰ ਸ਼ਰੀਫ, ਬਹੁਤ ਸ਼ਰੀਫ ਜਾਨਵਰ। ਮਾਸ਼ਾਅੱਲਾ ਮਾਸ਼ਾਅੱਲਾ ਕੈਮਰੇ ਦੀ ਨਜ਼ਰ ਹੈ ਜਨਾਬ ਦੋਸਤੋ, ਬਹੁਤ ਹੀ ਖੂਬਸੂਰਤ ਜਾਨਵਰ ਅੱਜ ਦੋਸਤਾਂ ਵਾਸਤੇ ਲੈ ਕੇ ਆਏ। ਮੇਰੀ ਵੀਡੀਓ ਮੇਰਾ ਜਾਨਵਰ ਦੋਸਤਾਂ ਨੂੰ ਪਸੰਦ ਆਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਹੈ ਅਤੇ ਮਾਸ਼ਾਅੱਲਾ ਦਾ ਕਮੈਂਟ ਕਰਨਾ ਹੈ। ਮਾਸ਼ਾਅੱਲਾ ਮਾਸ਼ਾਅੱਲਾ ਪੂਰੀ ਬਾਲਟੀ ਜਨਾਬ ਕੰਨਾਂ ਤਾਈਂ ਹੈ, ਡੇਢ ਬਾਲਟੀ ਜਨਾਬ ਇਸ ਜਾਨਵਰ ਦੇ ਥੱਲੋਂ ਦੁੱਧ ਚੋਵਣੀ। ਮਾਸ਼ਾਅੱਲਾ ਦੋ ਥਣ ਜਨਾਬ ਮੁਕੰਮਲ ਨੇ, ਦੋ ਥਣ ਹਾਲੇ ਪਿੱਛੇ ਖੜ੍ਹੇ ਨੇ। ਮਾਸ਼ਾਅੱਲਾ ਅੱਧੀ ਬਾਲਟੀ ਜਨਾਬ ਇਹਦੇ ਥੱਲੋਂ ਹੋਰ ਨਿਕਲਣੀ ਹੈ। ਇੱਕ ਥਣ ਬੱਚੇ ਨੂੰ ਮੁਕੰਮਲ ਛੱਡ ਕੇ ਜਨਾਬ ਤੁਸੀਂ 5-6 ਸਿਰ ਦੁੱਧ ਚੋ ਸਕਦੇ ਨੇ ਇੱਕ ਟਾਈਮ ਦਾ। ਮਾਸ਼ਾਅੱਲਾ 12-13 ਸਾਲ 13 ਲੀਟਰ ਦੀ ਜਨਾਬ ਐਵਰੇਜ ਜਾਨਵਰ ਦੇ ਕੋਲ। ਮਾਸ਼ਾਅੱਲਾ ਗੱਲਾਂ ਦੇ ਬਤੰਗੜ ਨਹੀਂ ਬਣਾਵੀਦੇ, ਕੰਮ ਕਰਕੇ ਦੋਸਤਾਂ ਨੂੰ ਦਿਖਾਵੀਦਾ। ਮਾਸ਼ਾਅੱਲਾ ਸਫ਼ਰ ਕਰੀਦਾ, ਵੈਲ ਕਰੀਦਾ ਅਤੇ ਸ਼ੌਕ ਪੂਰੇ ਕਰਾਵੀਦੇ ਨੇ ਦੋਸਤਾਂ ਦੇ। ਮਾਸ਼ਾਅੱਲਾ ਬਹੁਤ ਹੀ ਕਮਾਲ ਦਾ ਔਰ ਸਾਊ ਜਾਨਵਰ ਹੈ ਜੀ, ਬਹੁਤ ਹੀ ਚੰਗਾ ਅਤੇ ਸੋਹਣਾ ਜਾਨਵਰ, ਕੱਦ ਲਬਾਸ ਚੰਗਾ ਜਾਨਵਰ ਦੇ ਕੋਲ ਹੈ। ਮਾਸ਼ਾਅੱਲਾ ਚਾਲ ਢਾਲ ਜਾਨਵਰ ਦੀ ਚੰਗੀ ਹੈ। ਜਨਾਬ ਚੁਆਈ ਹੋ ਗਈ ਜਨਾਬ ਮੁਕੰਮਲ, ਬੱਚੇ ਵਾਸਤੇ ਵੀ ਦੁੱਧ ਮਾਸ਼ਾਅੱਲਾ ਚੰਗਾ ਛੱਡ ਦਿੱਤਾ ਹੈ। ਇਹ ਦੇਸੀ ਜਿਹੜੀਆਂ ਚੋਲਸਤਾਨੀ ਗਾਵਾਂ ਹੁੰਦੀਆਂ ਨੇ ਇਹ ਆਪਣੇ ਬੱਚੇ ਵਾਸਤੇ ਕੁਪਾਈਆ ਅੱਧਾ ਸਿਰ ਦੁੱਧ ਰੱਖ ਵੀ ਲੈਂਦੀਆਂ ਨੇ। ਮਾਸ਼ਾਅੱਲਾ ਇਹ ਜਨਾਬ ਦੁੱਧ ਦੇ ਮੁਕੰਮਲ ਤਸੱਲੀ ਕਰ ਸਕਦੇ ਨੇ। ਮਾਲਕ ਇਹਦੀ ਡਿਮਾਂਡ ਜਨਾਬ 4 ਲੱਖ ਰੁਪਈਆ ਕਰਦੇ ਪਏ ਨੇ। ਮਾਸ਼ਾਅੱਲਾ ਬਾਕੀ ਜੋ ਰੇਟ ਆਵੇਗਾ ਆਪਣਾ ਨਸੀਬ ਹੈ। ਨਸਲ ਦਾ ਜਨਾਬ ਤੁਹਾਡੇ ਸਾਹਮਣੇ ਮੇਰੇ ਦੋਸਤੋ, ਇਹਦੇ ਵਿੱਚ ਕੋਈ ਪਿਆਰ ਮੁਹੱਬਤ ਖੁਸ਼ੀ ਪਿਆਰ ਮੁਹੱਬਤ ਵੀ ਹੋ ਜਾਵੇਗਾ ਟਾਈਮ ਤੋਂ। ਅੱਛਾ ਟਾਟਾ ਉੱਤੇ ਜਾ ਚੁੱਕਿਆ, ਸਫ਼ਰ ਕਰਕੇ ਆਈ, ਘੰਟਾ ਉੱਤੇ ਲਾ ਲਓ ਡੇਢ ਲਾ ਲਵੋ,
ਤਕਰੀਬਨ 4:30-5 ਦੇ ਰਾਊਂਡ ਬਾਊਂਡ 'ਚ ਆਈ ਹੁੰਦੀ, ਲੇਕਿਨ ਇਸ ਟਾਈਮ 6 ਦੇ ਸੱਜੇ ਖੱਬੇ ਟਾਈਮ ਹੋ ਚੁੱਕਿਆ ਹੈ ਜੀ। 6.5 ਲੀਟਰ ਦੀ ਬਾਲਟੀ ਔਰ ਇਹ ਦੁੱਧ ਵੀ ਤਕਰੀਬਨ 3 ਪਾ ਦੇ ਸੱਜੇ ਖੱਬੇ ਹੈ ਆ। ਤੁਸੀਂ 6 ਕਿਲੋ ਬੋਲੀ ਲਾ ਲਵੋ, 12 ਕਿਲੋ ਬੋਲੀ ਇਹਦੇ ਮੁਤਾਬਕ ਬਣ ਰਹੀ ਬੱਚੇ ਸਮੇਤ, ਬਲਕਿ 13 ਬਣ ਰਹੀ ਹੈ। ਤੁਸੀਂ 11 ਲੀਟਰ ਬੋਲੀ ਲਾ ਲਓ ਜੀ, ਗਾਂ ਦੇ ਕੋਲ ਮੌਜੂਦ ਹੈ 2 ਟਾਈਮਾਂ ਦੀ, ਥਾਣਾ ਦੀ ਨਾੜ ਮਰੋੜੀ ਗਿਲਟੀ ਤੋਂ ਪਾਕ ਸਾਫ ਜੀ ਇਹ ਦੁੱਧ ਭਰਾਵਾਂ ਦੇ ਸਾਹਮਣੇ। ਜਜ਼ਾਕ ਅੱਲਾ ਜੀ ਤੇ ਫੀਮਾਨ।